ਜਲੰਧਰ ਦੇ ਵਿੱਚ ਗੱਣਾ ਕਿਸਾਨਾਂ ਦੇ ਵੱਲੋਂ ਧਰਨਾ ਲਾਇਆ ਗਿਆ ਜਲੰਧਰ ਫਗਵਾੜਾ ਹਾਈਵੇ ਤੇ ਲੰਬਾ ਜਾਮ ਲੱਗ ਚੁੱਕਿਆ ਸ਼ੁੱਕਰਵਾਰ ਸਵੇਰ ਤੋਂ ਹੀ ਕਿਸਾਨਾਂ ਨੇ ਇੱਥੇ ਧਰਨਾ ਲਾ ਲਿਆ ਸੀ ਕਿਸਾਨਾਂ ਨੇ ਨਾ ਸਿਰਫ ਸੜਕੀ ਮਾਰਗ ਸਗੋਂ ਰੇਲ ਟ੍ਰੈਕ ਤੇ ਵੀ ਧਰਨਾ ਲਾਇਆ ਹੋਇਆ ਜਿਸ ਕਰਕੇ 50 ਤੋਂ ਵੱਧ ਟ੍ਰੇਨਾਂ ਨੂੰ ਰੱਦ ਕਰਨਾ ਪਿਆ ਜਦੋਂ ਕਿ ਕਈਆਂ ਦਾ ਰੂਟ ਵੀ ਡਾਇਵਰਟ ਕੀਤਾ ਗਿਆ ਅੰਮ੍ਰਿਤਸਰ ਸ਼ਤਾਬਦੀ ਵੀ ਰੱਦ ਕੀਤੀ ਗਈ ਹੈ ਕਿਸਾਨ ਮੰਗ ਕਰ ਰਹੇ ਨੇ ਕਿ ਗੰਨੇ ਦਾ ਜੋ ਪਾਇਓ ਉਹ ਪ੍ਰਤੀ ਕੁਇੰਟਲ 400 ਰੁਪਏ ਕੀਤਾ ਜਾਏ ਪਰ ਸਰਕਾਰ ਦੇ ਵੱਲੋਂ ਨਾ ਮਾਮੂਲੀ 15 ਰੁਪਏ ਦਾ ਵਾਅਦਾ ਕੀਤਾ ਗਿਆ ਜਿਸ ਤੋਂ ਕਿਸਾਨ ਖਫਾ ਨੇ ਬੱਤੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਧਰਨਾ ਲਾ ਦਿੱਤਾ ਗਿਆ ਧੰਨੋਵਾਲੀ ਚੌਕ ਦੇ ਨੇੜੇ ਅਤੇ ਇਸੇ ਕਰਕੇ ਲੰਬਾ ਜਾਮ ਲੱਗਿਆ ਲੋਕ ਖਜਲਖੁਆਰ ਵੀ ਹੋ ਰਹੇ ਨੇ ਟ੍ਰੇਨਾਂ ਵੀ ਰੱਦ ਕੀਤੀਆਂ ਗਈਆਂ ਨੇ ਪਰ ਕਿਸਾਨ ਆਪਣੀਆਂ ਮਜਬੂਰੀਆਂ ਗਿਣਵਾਰੇ ਨੇ ਕਿ ਗਵਾਂਡੀ ਸੂਬਿਆਂ ਦੇ ਮੁਕਾਬਲੇ ਉਹਨਾਂ ਨੂੰ ਬਹੁਤ ਘੱਟ ਮੁੱਲ ਤੇ ਆਪਣਾ ਗੰਨਾ ਵੇਚਣਾ ਪੈਂਦਾ ਅਤੇ ਨਾਲ ਹੀ ਖੰਡ ਮਿੱਲਾਂ ਦੇ ਵੱਲੋਂ ਅਜੇ ਤੱਕ ਕਰੋੜਾਂ ਦਾ ਬਕਾਇਆ ਵੀ ਨਹੀਂ ABP Sanja, Josh, Jasba, Junoon.